ਹਾਂ, ਸਿੱਖ ਧਰਮ ਦੇ ਸੰਬੰਧ ਦੇ ਵਿੱਚ ਇੱਕ ਤਾਂ ਜ਼ੁਲਮ ਦੇ ਟਾਕਰੇ ਲਈ ਖੜਨਾ, ਇਹ ਬਹੁਤ ਵੱਡੀ ਹੈਗੀ ਆ। ਦੂਜਾ ਹੈਗਾ ਦਸਾਂ ਨੌਵਾਂ ਦੀ ਕਿਰਤ ਕਰਨੀ, ਔਰ ਬਰਾਬਰਤਾ ਜਿਹੜੀ ਹੈਗੀ ਆ, ਜਾਤ ਪਾਤ ਬਿਲਕੁਲ ਨਹੀਂ ਕਰਨੀ ਹੈਗੀ, ਔਰਤਾਂ ਦੀ ਵੱਧ ਤੋਂ ਵੱਧ ਰਿਸਪੈਕਟ ਕਰਨੀ ਆ, ਤਾਂ ਦੂਜੀ ਔਰਤ ਵੱਲ ਨੂੰ ਅੱਖ ਚੱਕ ਕੇ ਨਹੀਂ ਦੇਖਣਾ ਹੈਗਾ। ਅਤੇ ਮੇਰੇ ਲਈ ਸਿੱਖ ਧਰਮ ਦੀਆਂ ਜਿਹੜੀਆਂ ਇਹ ਸਿੱਖਿਆਵਾਂ ਹੈਗੀਆਂ ਉਹ ਬਹੁਤ ਵੱਡੀਆਂ ਆ, ਔਰ ਸੱਚਾਈ 'ਤੇ ਜਿਹੜਾ ਹੈਗਾ ਉਹ ਪਹਿਰਾ ਦੇਣਾ, ਅਤੇ ਦਸਵੰਧ ਆਪਣਾ ਪੈਸੇ ਦਾ ਹੀ ਨਹੀਂ ਸਿਰਫ ਜਿਹੜਾ ਹੁੰਦਾ ਆਪਣੇ ਸਮੇਂ ਦਾ ਦਸਵੰਧ, ਇੱਕ ਜਿਹੜੀ ਮੈਂ ਸਮਝਦਾ ਭਈ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਵੀ ਤੁਸੀਂ ਜੇ ਆਪਣੇ ਪਰਿਵਾਰ ਨੂੰ ਨਹੀਂ ਦੇਖਭਾਲ ਕਰ ਸਕਦੇ ਤਾਂ ਬਾਹਰਲਿਆਂ ਦਾ ਕੀ ਕਰ ਸਕਦੇ ਹੋ। ਅਤੇ ਜਿਹੜੇ ਲੋਕ ਸਾਧ ਸੰਤ ਹੋ ਜਾਂਦੇ ਆ, ਮੇਰਾ ਉਹਨਾਂ ਯਕੀਨ ਨਹੀਂ ਹੈਗਾ, ਮੇਰਾ ਗ੍ਰਿਸਤੀ ਜੀਵਨ 'ਚ ਯਕੀਨ ਹੈਗਾ, ਔਰ ਗ੍ਰਿਸਤ ਸਿੱਖ ਧਰਮ ਦੀ ਸਿੱਖਿਆ ਹੈਗੀ ਆ, ਅਤੇ ਉਹਦੇ ਵਿੱਚ ਜਿਹੜਾ ਆ ਵੀ ਗ੍ਰਿਸਤ ਜਿਹੜਾ ਹੈਗਾ ਇਹ ਸਮਾਜ ਨੂੰ ਪ੍ਰਫੁੱਲਿਤ ਕਰਨ ਲਈ ਆ, ਔਰ ਉਹਦੇ ਲਈ ਜਿਹੜਾ ਹੈਗਾ ਤੁਹਾਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ, ਆਪਣੇ ਵੱਡਿਆਂ ਦੀ ਇੱਜ਼ਤ ਮਾਣ ਕਰਨਾ, ਔਰ ਆਪ ਤੋਂ ਵੱਡੇ ਨੂੰ ਸਤਿਕਾਰ ਕਰਨਾ, ਆਪ ਤੋਂ ਛੋਟੇ ਨੂੰ ਪਿਆਰ ਕਰਨਾ, ਇਹ ਸਿੱਖ ਧਰਮ ਦੀਆਂ ਬਹੁਤ ਚੰਗੀਆਂ ਜਿਹੜੀਆਂ ਹੈਗੀਆਂ ਉਹ ਸਿੱਖਿਆਵਾਂ ਹਨ। ਔਰ ਗੁਰਬਾਣੀ ਦੇ ਵਿੱਚ ਜਿਹੜੀ ਹੈ ਜੋ ਜਨਮੇ ਸੋ ਬਿੰਡਸ ਹੈ, ਉਹ ਸਦਾ ਹੀ ਚੇਤੇ ਰੱਖਣੀ ਪਈ, ਮੇਰਾ ਸਫ਼ਰ ਤਾਂ ਦੁਨੀਆ ਦੇ ਵਿੱਚ ਕੁਛ ਟਾਈਮ ਦਾ ਆ, ਭਈ ਇਹ ਸਫ਼ਰ ਕੱਟ ਕੇ ਮੈਂ ਚੱਲ ਜਾਣਾ।